ਜਿਹੜਾ ਲੋਹੜੀ ਵਾਲੇ ਦਿਨ ਹੋਇਆ ਸੀ ਉਹ ਹੋਊਗਾ 2-2.5 ਲੱਖ ਦਾ ਉਦੋਂ ਹੋ ਗਿਆ ਜੀ। ਉਸ ਤੋਂ ਬਾਅਦ ਜੀ ਫੇਰ ਹੋਇਆ ਜੀ ਲੱਖ ਸਵਾ ਲੱਖ ਰੁਪਏ ਦਾ ਜੀ। ਅੱਜ ਦਾ ਅੱਜ ਦਾ 15 ਦਿਨ ਪਹਿਲਾਂ ਹੋਇਆ ਸੀ ਲੱਖ ਸਵਾ ਲੱਖ ਦਾ, ਅੱਜ ਦਾ ਸਾਰਾ ਬਸ ਉਹ ਤੇਰੇ ਨਾਲ ਖੜੇ ਆ ਯਾਰ ਆਪਾਂ ਗੱਲ ਕਰਨ ਚੱਲੇ ਨਹੀਂ ਯਾਰ। ਹੋਕੀ ਲੈ ਲੈ ਕੇ ਰੋਂਦੇ ਇਸ ਸ਼ਖਸ ਦੀਆਂ ਅੱਖਾਂ ਦੇ ਸਾਹਮਣੇ ਹੀ ਉਸਦਾ ਸਭ ਕੁਝ ਉਜੜ ਗਿਆ, ਜਿੱਥੇ ਕਮਾਈ ਦਾ ਇੱਕੋ ਇੱਕ ਜ਼ਰੀਆ ਅੱਖਾਂ ਦੇ ਸਾਹਮਣੇ ਸੜ ਕੇ ਸਵਾਹ ਹੋ ਗਿਆ। ਸ਼ਰਾਰਤੀ ਅਨਸਰਾਂ ਦੇ ਵੱਲੋਂ ਇਸ ਸ਼ਖਸ ਦੇ ਗੋਦਾਮ ਦੇ ਵਿੱਚ ਅੱਗ ਲਗਾ ਦਿੱਤੀ ਗਈ, ਜਿਸ ਨੂੰ ਦੇਖ ਕੇ ਹੁਣੇ ਭੁੱਬਾ ਮਾਰ ਕੇ ਰੋ ਰਿਹਾ ਹੈ ਅਤੇ ਦੁਹਾਈ ਪਾ ਰਿਹਾ ਹੈ ਕਿ ਉਸ ਦੇ ਨਾਲ ਇਨਸਾਫ ਕੀਤਾ ਜਾਏ ਤੇ ਸ਼ਰਾਰਤੀ ਅਨਸਰਾਂ ਨੂੰ ਫੜਿਆ ਜਾਏ। ਦਰਅਸਲ ਨਾਭਾ ਦੇ ਵਿੱਚ ਇੱਕ ਕਬਾੜ ਦੇ ਗੋਦਾਮ 'ਚ ਅੱਗ ਲਗਾਈ ਗਈ ਹੈ। ਦੋ ਸ਼ਰਾਰਤੀ ਅਨਸਰਾਂ ਦੇ ਵੱਲੋਂ ਜੋ ਬਾਈਕ ਤੇ ਸਵਾਰ ਹੋ ਕੇ ਆਏ ਇਸ ਵਾਰਦਾਤ ਨੂੰ ਅੰਜਾਮ ਦਿੰਦੇ ਨੇ ਤੇ ਉੱਥੋਂ ਫਰਾਰ ਹੋ ਜਾਂਦੇ ਨੇ। ਪਤਾ ਉਦੋਂ ਲੱਗਦਾ ਹੈ ਜਦੋਂ ਕਬਾੜ ਦੇ ਗੋਦਾਮ ਦੇ ਵਿੱਚੋਂ ਅੱਗ ਦੇ ਭਾਂਬੜ ਨਿਕਲਦੇ ਨੇ। ਜਦੋਂ ਇੱਥੇ ਮਾਲਕ ਨੂੰ ਸੱਦਿਆ ਜਾਂਦਾ ਹੈ ਤਾਂ ਉਸ ਕੋ ਦੇਖ ਕੇ ਬਰਦਾਸ਼ਤ ਨਹੀਂ ਹੁੰਦਾ ਅਤੇ ਉਹ ਭੁੱਬਾ ਮਾਰ ਮਾਰ ਕੇ ਰੋਣ ਲੱਗਦਾ ਹੈ, ਕਿਉਂਕਿ ਉਸਦੀ ਕਮਾਈ ਦਾ ਇੱਕੋ ਇੱਕ ਜ਼ਰੀਆ ਇੱਕ ਗੋਦਾਮ ਹੈ। ਉਸਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਇਸੇ ਗੋਦਾਮ ਦੇ ਨਾਲ ਹੀ ਕਰਦਾ ਹੈ, ਕਬਾੜ ਵੇਚ ਕੇ ਕਰਦਾ ਆ, ਪਰ ਹੁਣ ਉਹ ਵੀ ਸ਼ਰਾਰਤੀ ਅਨਸਰਾਂ ਦੇ ਵੱਲੋਂ ਤਬਾਹ ਕਰ ਦਿੱਤਾ ਗਿਆ ਹੈ। ਉਸਦਾ ਕਹਿਣਾ ਹੈ ਕਿ ਕੋਈ ਪਹਿਲੀ ਵਾਰ ਨਹੀਂ ਹੋਇਆ, ਇਹ ਤੀਜੀ ਵਾਰ ਹੈ ਕਿ ਉਸਦੇ ਗੋਦਾਮ ਦੇ ਵਿੱਚ ਅੱਗ ਲਗਾਈ ਗਈ ਹੈ। ਇਸ ਤੋਂ ਪਹਿਲਾਂ ਵੀ ਉਹਦਾ ਕਈ ਵਾਰ ਲੱਖਾਂ ਦਾ ਨੁਕਸਾਨ ਹੋ ਚੁੱਕਿਆ ਹੈ, ਪਰ ਇਹ ਸ਼ਰਾਰਤੀ ਅਨਸਰ ਪੁਲਿਸ ਦੇ ਹੱਥ ਤੋਂ ਬਾਹਰ ਨੇ। ਮੌਕੇ ਤੇ ਫਾਇਰ ਬ੍ਰਿਗੇਡ ਗੱਡੀਆਂ ਪਹੁੰਚੀਆਂ ਤੇ ਕਰੀਬ 2 ਘੰਟੇ ਦੀ ਕੜੀ ਮਸ਼ਕਤ ਤੋਂ ਬਾਅਦ ਇੱਥੇ ਅੱਗ ਤੇ ਕਾਬੂ ਪਾਇਆ ਗਿਆ। ਗੋਦਾਮ ਦੇ ਮਾਲਕ ਪ੍ਰਵੀਨ ਨੇ ਦੱਸਿਆ ਹੈ ਕਿ ਇਹ ਅੱਗ ਲੱਗਣ ਦੀ ਪਹਿਲੀ ਘਟਨਾ ਨਹੀਂ ਹੈ, ਇੱਥੇ ਸ਼ਰਾਰਤੀ ਅਨਸਰਾਂ ਦੇ ਵੱਲੋਂ ਤੀਜੀ ਵਾਰ ਅੱਗ ਲਗਾਈ ਗਈ ਹੈ। ਰੋਂਦੇ ਕੁਰਲਾਉਂਦੇ ਉਸਨੇ ਦੁਹਾਈ ਪਾਈ ਹੈ ਕਿ ਉਹ ਬਰਬਾਦ ਹੋ ਚੁੱਕਿਆ ਹੈ। ਕਈ ਵਾਰ ਉਸਦੇ ਵੱਲੋਂ ਇਸ ਗੋਦਾਮ ਦੀ ਮੁਰੰਮਤ ਕਰਵਾਈ ਗਈ ਤੇ ਹਰ ਵਾਰ ਉਸਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਇਸ ਵਾਰ ਵੀ ਦੋ ਬਾਈਕ ਸਵਾਰ ਨਜ਼ਰ ਆਏ ਨੇ ਜੋ ਕਬਾੜ ਦੇ ਗੋਦਾਮ ਦੇ ਆਲੇ ਦੁਆਲੇ ਪਹਿਲੇ ਘੁੰਮਦੇ ਨੇ ਤੇ ਫਿਰ ਅੱਗ ਲਗਾ ਕੇ ਉੱਥੋਂ ਰਫੂ ਚੱਕਰ ਹੋ ਜਾਂਦੇ ਨੇ। ਇਸ ਮਾਲਕ ਦਾ ਕਹਿਣਾ ਹੈ ਕਿ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਜੇਕਰ ਪੁਲਿਸ ਕਾਬੂ ਕਰ ਲਏ ਤਾਂ ਸ਼ਾਇਦ ਉਸਦਾ ਦੁਬਾਰਾ ਨੁਕਸਾਨ ਨਾ ਹੋਵੇ। ਅੱਗ ਦੀਆਂ ਲਪਟਾਂ ਤੇ ਕਾਬੂ ਪਾਉਣ ਦੇ ਲਈ ਵੀ ਫਾਇਰ ਬ੍ਰਿਗੇਡ ਨੂੰ ਕੜੀ ਮਸ਼ਕਤ ਕਰਨੀ ਪਈ ਹੈ। ਇਸ ਗੋਦਾਮ ਦੇ ਮਾਲਕ ਪ੍ਰਵੀਨ ਦਾ ਕਹਿਣਾ ਹੈ ਕਿ ਉਹ ਬੁਰੀ ਤਰ੍ਹਾਂ ਦੇ ਨਾਲ ਬਰਬਾਦ ਹੋ ਚੁੱਕਿਆ ਹੈ। ਉਸਦੀ ਕਮਾਈ ਦਾ ਇੱਕੋ ਇੱਕ ਜ਼ਰੀਆ ਇੱਕ ਕਬਾੜ ਵਾਲਾ ਗੋਦਾਮ ਹੈ, ਜਿਸ ਨੂੰ ਵਾਰ ਵਾਰ ਅੱਗ ਲਗਾਈ ਜਾ ਰਹੀ ਹੈ। ਹੁਣ ਵੀ ਉਹਦਾ 5 ਲੱਖ ਰੁਪਏ ਦਾ ਨੁਕਸਾਨ ਹੋ ਚੁੱਕਿਆ ਹੈ। ਇਸ ਤੋਂ ਪਹਿਲਾਂ ਵੀ ਜਦੋਂ ਕਬਾੜ ਦੇ ਇਸ ਗੋਦਾਮ ਨੂੰ ਅੱਗ ਲਗਾਈ ਗਈ ਤਾਂ ਉਦੋਂ ਵੀ ਉਹਦਾ ਲੱਖਾਂ ਦਾ ਨੁਕਸਾਨ ਹੋਇਆ ਤੇ ਹੁਣ ਫਿਰ ਤੋਂ ਉਸਨੂੰ ਭਰਪਾਈ ਕਰਨੀ ਪਏਗੀ, ਜਿਸ ਲਈ ਹੁਣ ਉਹ ਰੋਂਦਾ ਹੋਇਆ ਇਹ ਦੁਹਾਈ ਪਾ ਰਿਹਾ ਹੈ ਤੇ ਪੁਲਿਸ ਅੱਗੇ ਅਪੀਲ ਕਰ ਰਿਹਾ ਹੈ, ਮੰਗ ਕਰ ਰਿਹਾ ਹੈ ਕਿ ਜਲਦ ਤੋਂ ਜਲਦ ਇਹਨਾਂ ਸ਼ਰਾਰਤੀ ਅਨਸਰਾਂ ਨੂੰ ਕਾਬੂ ਕੀਤਾ ਜਾਏ, ਨਹੀਂ ਤਾਂ ਦੁਬਾਰਾ ਵੀ ਉਹਦਾ ਨੁਕਸਾਨ ਹੋ ਸਕਦਾ ਹੈ। ਇਹ ਤੀਜੀ ਵਾਰ ਹੋ ਗਿਆ। ਹਾਂਜੀ, ਤੁਸੀਂ ਵੀ ਦੇਖ ਲਿਆ, ਫਾਇਰ ਬ੍ਰਿਗੇਡ ਵਾਲੇ ਵੀ ਆਏ ਨੇ। ਠੀਕ ਹੈ, ਇਹਨਾਂ ਧੰਨਵਾਦ ਕਰਦਾ ਜਦੋਂ ਇਹ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਮੇਰਾ ਕੰਟਰੋਲ ਕਰ ਦਿੰਦੇ ਨੇ ਅੱਗ ਦਾ। ਇਹ ਤੀਜੀ ਵਾਰ ਹੋਇਆ, ਕੋਈ ਹੋਰ ਨੁਕਸਾਨ ਵੀ ਹੋ ਸਕਦਾ ਜੀ, ਮੈਂ ਤਾਂ ਆਪ ਡਰਦਾ। ਠੀਕ ਹੈ, ਇਹ ਮੈਨੂੰ ਲੱਗ ਰਿਹਾ ਕਿਸੇ ਨੇ ਹੈਗਾ ਬੰਦਾ, ਮੈਂ ਹੁਣ ਕੈਮਰੇ ਦੇਖ ਰਿਹਾ, ਕੈਮਰੇ ਦੇਖ ਕੇ ਉਹਦਾ ਰਿਜ਼ਲਟ ਨਾਲ ਕਰਾਂਗੇ। ਜਿਹੜਾ ਲੋਹੜੀ ਵਾਲੇ ਦਿਨ ਹੋਇਆ ਸੀ ਉਹ ਤਾਂ ਹੋਊਗਾ 2-2.5 ਲੱਖ ਦਾ ਉਦੋਂ ਹੋ ਗਿਆ ਜੀ। ਉਸ ਤੋਂ ਬਾਅਦ ਜੀ ਫੇਰ ਹੋਇਆ ਜੀ ਲੱਖ ਸਵਾ ਲੱਖ ਰੁਪਏ ਦਾ ਜੀ। ਅੱਜ ਦਾ 15 ਦਿਨ ਪਹਿਲਾਂ ਹੋਇਆ ਸੀ ਲੱਖ ਸਵਾ ਲੱਖ ਦਾ, ਅੱਜ ਦਾ ਸਾਰਾ ਕੁਝ ਸੌਖਾ ਹੋ ਗਿਆ। ਕਿੰਨੇ ਕਦਾ ਜਿਹੜਾ ਹੈਗਾ ਕਰ ਗਿਆ ਅੱਜ ਨੁਕਸਾਨ? ਅੱਜ ਉਹਨੂੰ ਲਾ ਕੇ ਗਿਆ ਜੀ ਅੱਗ ਜਿਹੜਾ ਪਿਛਲੀ ਵਾਰ ਰਹਿ ਗਿਆ। ਅੱਜ 4-5 ਲੱਖ ਦਾ ਹੋ ਗਿਆ ਹੁਣ। ਆਪਾਂ ਸੀਸੀ ਕੈਮਰੇ ਰਾਹੀਂ ਵੀ ਦੇਖਦੇ ਹਾਂ ਵੀ ਕਿਹੜਾ ਬੋਲਟ ਹੈ ਉਹ, ਕਿਹੜਾ ਨਹੀਂ ਜੀ। ਠੀਕ ਹੈ ਜੀ, ਪੈਟਰੋਲ ਲਾ ਕੇ ਅੱਗ ਲਾ ਕੇ ਗਏ ਨੇ ਜੀ। 7:00 ਕੁਛ ਮਿੰਟ ਦੀ ਗੱਲ ਹੈ ਜੀ ਇਹ। ਮੈਨੂੰ ਤਾਂ ਭਰਾ ਨੇ ਫੋਨ ਕਰਿਆ ਸੀਗਾ, ਕਹਿੰਦਾ ਐਂ ਕਰਕੇ ਐਂ ਗੱਲ ਹੋ ਗਈ, ਮੈਂ ਜਦੇ ਹੀ ਭੱਜ ਆਇਆ ਜੀ। ਕਿਹੜਾ ਬੰਦਾ ਕਿਹੜਾ ਨਹੀਂ ਜੀ। ਰੋਜੀ ਰੋਟੀ ਬਿਲਕੁਲ ਜੀ, ਇਹੀ ਰੋਜੀ ਰੋਟੀ ਹੈ ਜੀ। ਕਬਾੜ ਦੇ ਕੰਮ ਚ ਵਿਚਾਰੇ ਨੇ, ਇਹਨੂੰ ਅੱਜ ਮਹੀਨਾ ਬੰਦ ਹੋ ਗਿਆ ਜੀ ਕੰਮ ਕਰਨ ਨੂੰ। ਜਿਹੜਾ ਮਾੜਾ ਮੋਟਾ ਸੀਗਾ ਵਿਚਾਰਦਾ ਉਹ ਵੀ ਫੂਕਤਾ ਜੀ। ਇਹ ਜਦੋਂ ਸਾਨੂੰ ਸੂਚਨਾ ਮਿਲੀ ਉਸ ਤੋਂ ਅਸੀਂ ਤਕਰੀਬਨ 5-7 ਮਿੰਟ ਦੇ ਵਿੱਚ ਉੱਥੇ ਪਹੁੰਚ ਗਏ ਸੀ।
ਤੇ ਉੱਥੇ ਜਿਹੜੀ ਅੱਗ ਆ ਜੀ ਉਹ ਮਤਲਬ ਮਟੀਰੀਅਲ ਵੇਸਟ ਮਟੀਰੀਅਲ ਸੀ ਉਹ ਪਲਾਸਟਿਕ ਵਿੱਚ ਹੋਰ ਕੰਚ ਵਗੈਰਾ ਹੋਰ ਜਿਵੇਂ ਟੀ ਵੀ ਵਗੈਰਾ ਵੀ ਪਏ ਸੀ ਉੱਥੇ ਅਤੇ ਅੱਗ ਬਹੁਤ ਜ਼ਿਆਦਾ ਸੀ ਬਾੜਦੀ ਹਾਂਜੀ ਹਾਂਜੀ ਹਾਂ ਅਤੇ ਸਾਨੂੰ ਬਹੁਤ ਮਤਲਬ ਮਿਹਨਤ ਮੁਸ਼ਕਤ ਕਰਨੀ ਪਈ ਅੱਗ ਬੁਝਾਉਣ ਦੇ ਲਈ ਤਕਰੀਬਨ ਅਸੀਂ ਅੱਜ ਉੱਥੇ ਤੀਸਰੀ ਵਾਰੀ ਗਏ ਹਾਂ ਜੀ ਅੱਗ ਬੁਝਾਉਣ ਦੇ ਲਈ ਕੀ ਲੱਗਦਾ ਤੁਹਾਡੀ ਜੱਜਮੈਂਟ ਕੀ ਕਹਿੰਦੀ ਹੈ ਮਤਲਬ ਆਪਣੇ ਆਪ ਅੱਗ ਲੈ ਕੋਈ ਸ਼ਰਾਰਤ ਕਰ ਰਿਹਾ ਦੇਖੋ ਜੀ ਲੱਗਦਾ ਤਾਂ ਇਹੀ ਹੈ ਵੀ ਕਿਵੇਂ ਸ਼ਰਾਰਤ ਕੀਤੀ ਹੋਵੇ ਕਿਸੇ ਨੇ ਬਾਕੀ ਦੋ ਤਿੰਨ ਵਾਰੀ ਤਾਂ ਹੁਣ ਅੱਗ ਲੱਗੀ ਹੁਣ ਮਤਲਬ ਬਿਲਕੁਲ ਕਹਿ ਨਹੀਂ ਸਕਦੇ ਆਪਾਂ ਵੀ ਕੀ ਹੋ ਸਕਦਾ ਇਹ ਪਿਛਲੀ ਵਾਰੀ ਵੀ ਕਾਫੀ ਨੁਕਸਾਨ ਹੋਇਆ ਇਸ ਵਾਰੀ ਵੀ ਕਾਫੀ ਨੁਕਸਾਨ ਹਾਂਜੀ ਹਾਂਜੀ ਪਿਛਲੀ ਵਾਰੀ ਕਾਫੀ ਅੱਗ ਸੀ ਤਾਂ ਪਿਛਲੀ ਵਾਰੀ ਦੋ ਗੱਡੀਆਂ ਗਈਆਂ ਸੀ ਸਾਡੀਆਂ ਤਾਂ ਅੱਗ ਤਕਰੀਬਨ ਮਤਲਬ ਜਿੰਨੀ ਵਾਰੀ ਗਈਆਂ ਕਾਫੀ ਸੀ ਅੱਗ ਉੱਥੇ ਅੱਜ ਵੀ ਕਾਫੀ ਹਾਂਜੀ ਅੱਜ ਵੀ ਕਾਫੀ ਸੀ